ਅਸਾ ਤੁਸੀਂ ਸਟਰੀਟ ਫੂਡ ਖਾਂਦੇ ਹੋ ਫਿਰ ਵੀ ਫਿੱਟ ਹੋ ਫਿਟਨੈਸ ਦੇ ਪਿੱਛੇ ਕੀ ਰਾਜ਼ ਹੈ ਜੰਨਾ ਕੁਝ ਵੀ ਰਾਜ਼ ਨਹੀਂ ਹੈ ਮੈਨੂੰ ਸੱਚ ਮੇ ਲੱਗਦਾ ਹੈ ਇਹ ਤਾਂ ਗੋਡ ਗਿਫਟ ਆ ਕੁਝ ਤੇ ਛੋਲੇ ਦੇ ਇੱਕ ਪੋਸਟਰ ਲਿਖਿਆ ਸੀ ਝੂਠ ਦੀ ਪੰਡ ਝੂਠ ਦੀ ਪੰਡ ਹਾਂਜੀ ਇਹ ਹੈ ਝੂਠ ਦੀ ਪੰਡ ਕੁਝ ਛੋਲੇ ਖਾਏ ਕਿੱਦਾਂ ਦਾ ਫੀਲ ਕੀਤਾ ਮਤਲਬ ਪੰਜਾਬੀ ਫੂਡ ਖਾ ਕੇ ਕਿੱਦਾਂ ਦਾ ਫੀਲ ਕੀਤਾ ਐਕਚੁਅਲੀ ਖਾਣ ਤੋਂ ਪਹਿਲੇ ਇੰਨੀ ਤਾਰੀਫਾਂ ਮੈਂ ਸੁਣ ਲਈ ਸੀ ਕਿ ਮੇਰੀ ਐਕਸਪੈਕਟੇਸ਼ਨਸ ਤੋਂ ਬਹੁਤ ਹੀ ਹਾਈ ਸੀ ਔਰ ਲੱਕੀਲੀ ਜਦੋਂ ਮੈਂ ਖਾਈ ਸੀ ਤਾਂ ਮੇਰੀ ਐਕਸਪੈਕਟੇਸ਼ਨਸ ਵੀ ਉੱਪਰ ਮੈਨੂੰ ਸਵਾਦ ਲੱਗੇ ਨੇ ਔਰ ਬਹੁਤ ਹੀ ਵਧੀਆ ਸੀ ਔਰ ਰੋਂਡ ਵੀ ਮੇਰੇ ਮੂੰਹ 'ਚ ਪਾਣੀ ਆ ਗਿਆ ਉਸ ਦੀ ਬਾਤ ਸੋ ਜਨਰਲ ਜੁਗੇ ਸਾਡੇ ਨਾਲ ਜੁੜ ਚੁੱਕੇ ਨੇ ਸਕਾਈ ਨਿਊਜ਼ ਪੰਜਾਬ ਨਾਲ ਖਾਸ ਗੱਲਬਾਤ ਕਰ ਰਹੇ ਕੁਲਚੇ ਛੋਲੇ ਫਿਲਮ ਆ ਰਹੀ 11 ਨਵੰਬਰ ਨੂੰ ਪਹਿਲਾਂ ਤਾਂ ਦੱਸੋ ਨੀ ਸੋਹਣੀ ਪੰਜਾਬੀ ਕਿੱਦਾਂ ਬੋਲਦੇ ਹੋ ਡੈਬੀ ਪੰਜਾਬੀ ਓ ਮੈਨੂੰ ਵੀ ਨਹੀਂ ਪਤਾ ਕਿੱਦਾਂ ਬੋਲਦੀ ਆ ਮੈਨੂੰ ਬਸ ਲੱਗਦਾ ਇਹ ਇੰਟਰਵਿਊਜ਼ ਦੇ ਦੇ ਕੇ ਬਸ ਚੰਗੀ ਹੋ ਗਈ ਹੈ ਤੇ ਜਦੋਂ ਕਿਸੇ ਤੁਸੀਂ ਸਟਰੀਟ ਫੂਡ ਖਾਂਦੇ ਹੋ ਫਿਰ ਵੀ ਫਿੱਟ ਹੋ ਫਿਟਨੈਸ ਦੇ ਪਿੱਛੇ ਕੀ ਰਾਜ਼ ਹੈ ਜੰਨਾ ਕੁਝ ਵੀ ਰਾਜ਼ ਨਹੀਂ ਹੈ ਮੈਨੂੰ ਸੱਚ ਮੇ ਲੱਗਦਾ ਇਹ ਤਾਂ ਗੋਡ ਗਿਫਟ ਆ ਕਿਉਂਕਿ ਮੈਂ ਸੱਚ ਮੁੱਚ ਕੁਝ ਵੀ ਖਾਂਦੀ ਆ ਮੈਂ ਕਦੇ ਵੀ ਡਾਈਟ ਨਹੀਂ ਕੀਤੀ ਮੈਂ ਵਰਕਆਊਟ ਵੀ ਇੰਨਾ ਕੁਝ ਰੈਗੂਲਰ ਨਹੀਂ ਕਰ ਪਾਉਂਦੀ ਆ ਬਿਕਾਜ਼ ਇੰਨੀ ਟਰੈਵਲਿੰਗ ਔਰ ਸਭ ਕੁਝ ਰਹਿੰਦਾ ਮੈਨੂੰ ਐਸਾ ਕੁਝ ਪਸੰਦ ਵੀ ਨਹੀਂ ਆ ਬਟ ਗੋਡ ਗਿਫਟ ਆ ਰਿਐਲਿਟੀ ਸ਼ੋਅਜ਼ ਕਰ ਚੁੱਕੇ ਹੋ ਫੀਰ ਫੈਕਟਰੀ ਖਤਰੋਂ ਕੇ ਖਿਲਾੜੀ ਟੀਵੀ ਸ਼ੋਅਜ਼ ਕਿਤੇ ਫੁਲਵਾ ਅਪਣਾ ਰਹੇ ਤੇਰਾ ਕਾਗਜ਼ ਕੋਰਾ ਬੈਸਟ ਐਕਸਪੀਰੀਅੰਸ ਕਿਹੜਾ ਮੰਨਦੇ ਹੋ ਬੀਇੰਗ ਐਨ ਐਕਟਰਸ ਸ਼ੋਅਜ਼ ਲਈ ਜਾਂ ਫਿਰ ਓਵਰਆਲ ਜਿੰਨਾ ਵੀ ਕੁਝ ਕੀ ਹੈ ਸੋ ਐਕਚੁਅਲੀ ਰਿਐਲਿਟੀ ਸ਼ੋਅਜ਼ ਔਰ ਟੀਵੀ ਸ਼ੋਅਜ਼ ਬਹੁਤ ਹੀ ਡਿਫਰੈਂਟ ਹੁੰਦੇ ਨੇ ਰਿਐਲਿਟੀ ਸ਼ੋਅ ਐਕਸਪੀਰੀਅੰਸ ਮੈਂ ਇੱਕ ਹੀ ਰਿਐਲਿਟੀ ਸ਼ੋਅ ਕੀਤਾ ਹੈ ਖਤਰੋਂ ਕੇ ਖਿਲਾੜੀ ਔਰ ਉਸਦਾ ਜੋ ਐਕਸਪੀਰੀਅੰਸ ਥਾ ਉਹ ਬਹੁਤ ਹੀ ਡਿਫਰੈਂਟ ਐਕਸਪੀਰੀਅੰਸ ਥਾ ਔਰ ਸਰਪ੍ਰਾਈਜ਼ਿੰਗਲੀ ਬਹੁਤ ਹੀ ਅੱਛਾ ਐਕਸਪੀਰੀਅੰਸ ਰਹਾ ਮੇਰੇ ਲਈ ਔਰ ਸ਼ੋਅਜ਼ ਮੈਂ ਇਹ ਕਹਿ ਸਕਦੀ ਹਾਂ ਕਿ ਫੁਲਵਾ ਮੇਰੇ ਹਾਰਟ ਤੋਂ ਬਹੁਤ ਜ਼ਿਆਦਾ ਕਲੋਜ਼ ਆ ਸੋ ਫੁਲਵਾ ਕਿਊਟ ਜੀ ਜੰਨਤ ਹੁਣ ਹੋਰ ਵੀ ਕਿਊਟ ਸੋਚ ਚੁੱਕੀ ਉਹ ਤਾਂ ਤੁਸੀਂ ਦੱਸੋ ਕੁਝ ਛੋਲੇ ਦੇ ਇੱਕ ਪੋਸਟਰ ਲਿਖਿਆ ਸੀ ਝੂਠ ਦੀ ਪੰਡ ਝੂਠ ਦੀ ਪੰਡ ਹਾਂਜੀ ਇਹ ਹੈ ਝੂਠ ਦੀ ਪੰਡ ਤੇ ਕੀ ਚੈਲੰਜ ਕੀ ਰਿਹਾ ਬੋਲਣ 'ਚ ਕੋਈ ਦਿੱਕਤ ਆਈ ਹੈ ਪੰਜਾਬੀ ਜਿੱਦਾਂ ਡੈਬਿਊ ਫਿਲਮ ਹੈਗੀ ਹੈ ਡੈਬਿਊ ਹੋਣ ਜਾ ਰਿਹਾ ਹਾਂਜੀ ਦੇਖੀਏ ਇਨੀਸ਼ੀਅਲੀ ਤਾਂ ਓਬਵੀਅਸਲੀ ਕਿਸੇ ਵੀ ਨਵੀਂ ਲੈਂਗੁਏਜ ਨੂੰ ਅਡਾਪਟ ਕਰਨਾ ਇੰਨਾ ਵੀ ਈਜ਼ੀ ਨਹੀਂ ਹੁੰਦਾ ਨੇ ਸਮਝ ਤਾਂ ਮੈਨੂੰ ਆਉਂਦੀ ਸੀ ਬਿਕਾਜ਼ ਆਪਾਂ ਮਿਊਜ਼ਿਕ ਸੁਣਦੇ ਹਾਂ ਸੌਂਗ ਸੁਣਦੇ ਹਾਂ ਔਰ ਇੰਨੀ ਡਿਫੀਕਲਟ ਨਹੀਂ ਹੁੰਦੀ ਹੈ ਪੰਜਾਬੀ ਸਮਝਣ ਲਈ ਬਟ ਹਾਂਜੀ ਬੋਲਣੇ ਕੇ ਲਈ ਸੈਂਟੈਂਸ ਮੈਂ ਕਹਾਂ ਪਰ ਕਿਆ ਫਰੇਮ ਕਰਨਾ ਉਹ ਸਮਝਣੇ ਲਈ ਮੈਨੂੰ ਥੋੜ੍ਹਾ ਸਾ ਟਾਈਮ ਲੱਗਿਆ ਬਟ ਇੰਨੀ ਕੋਈ ਬਹੁਤ ਬਹੁਤ ਜ਼ਿਆਦਾ ਦਿੱਕਤ ਤਾਂ ਨਹੀਂ ਆਈ ਸੀ ਅਕਸਰ ਤੁਹਾਡੀ ਵੀਡੀਓਜ਼ ਦੇਖੀਆਂ ਤੁਸੀਂ ਮੰਮੀ ਪਾਪਾ ਨਾਲ ਜ਼ਿਆਦਾ ਵੀਡੀਓਜ਼ ਅਟੈਚਮੈਂਟ ਹੁੰਦੀ ਹੈ ਟਰੈਵਲਿੰਗ 'ਤੇ ਵੀ ਵੀਡੀਓਜ਼ ਪਾਉਂਦੇ ਹੋ ਕੀ ਕਹਿਣਾ ਚਾਹੋਗੇ ਸਭ ਤੋਂ ਬੈਸਟ ਚੀਜ਼ ਕਿਹੜੀ ਲੱਗਦੀ ਜਦੋਂ ਵੀਡੀਓਜ਼ ਪਾਉਂਦੇ ਹੋ ਚਾਹੇ ਆਪਣੇ ਫਾਦਰ ਮਦਰ ਨਾਲ ਚਾਹੇ ਇਕੱਲੇ ਪਾਉਂਦੇ ਸਭ ਤੋਂ ਵਧੀਆ ਚੀਜ਼ ਕੀ ਲੱਗਦੀ ਹੈ ਮੈਨੂੰ ਲੱਗਦਾ ਕਿ ਮੈਨੂੰ ਵੀਡੀਓਜ਼ ਬਣਾਉਣਾ ਹੀ ਬਹੁਤ ਜ਼ਿਆਦਾ ਪਸੰਦ ਹੈ ਔਰ ਮੈਂ ਉਹੀ ਵੀਡੀਓਜ਼ ਬਣਾਉਂਦੀ ਹਾਂ ਜੋ ਮੈਨੂੰ ਲੱਗਦਾ ਹੈ ਕਿ ਮੇਰੇ ਲਈ ਰਿਲੇਟੇਬਲ ਹੈ ਮੇਰੀ ਪਰਸਨੈਲਿਟੀ ਨੂੰ ਸੂਟ ਕਰਦੇ ਨੇ ਜਾਂ ਫਿਰ ਬਹੁਤ ਚੰਗੇ ਲੱਗਦੇ ਨੇ ਆਪਾਂ ਦੇਖਦੇ ਹਾਂ ਕੋਈ ਵੀਡੀਓ ਤੋਂ ਲੱਗਦਾ ਹੈ ਕਿ ਆਪਾਂ ਵੀ ਯੂ ਨੋ ਅਸੀਂ ਬਣਾ ਸਕਦੇ ਹਾਂ ਸੋ ਮੈਨੂੰ ਲੱਗਦਾ ਹੈ ਕਿ ਓਵਰਆਲ ਹੀ ਅੱਛਾ ਐਕਸਪੀਰੀਅੰਸ ਫਨ ਐਕਸਪੀਰੀਅੰਸ ਹੁੰਦਾ ਹੈ ਪਹਿਲੀ ਵਾਰੀ ਕੁਲਚੇ ਛੋਲੇ ਖਾਏ ਕਿੱਦਾਂ ਦਾ ਫੀਲ ਕੀਤਾ ਮਤਲਬ ਪੰਜਾਬੀ ਫੂਡ ਖਾ ਕੇ ਕਿੱਦਾਂ ਦਾ ਫੀਲ ਕੀਤਾ ਐਕਚੁਅਲੀ ਖਾਣ ਤੋਂ ਪਹਿਲੇ ਇੰਨੀ ਤਾਰੀਫਾਂ ਮੈਂ ਸੁਣ ਲਈ ਸੀ ਕਿ ਮੇਰੀ ਐਕਸਪੈਕਟੇਸ਼ਨਸ ਤੋਂ ਬਹੁਤ ਹੀ ਹਾਈ ਸੀ ਔਰ ਲੱਕੀਲੀ ਜਦੋਂ ਮੈਂ ਖਾਈ ਸੀ ਤਾਂ ਮੇਰੀ ਐਕਸਪੈਕਟੇਸ਼ਨਸ ਵੀ ਉੱਪਰ ਮੈਨੂੰ ਸਵਾਦ ਲੱਗੇ ਨੇ ਔਰ ਬਹੁਤ ਹੀ ਵਧੀਆ ਸੀ ਔਰ ਰੋਂਡ ਵੀ ਮੇਰੇ ਮੂੰਹ 'ਚ ਪਾਣੀ ਆ ਗਿਆ ਉਸ ਦੀ ਬਾਤ ਕਰ ਅੱਛਾ ਜਿੰਨਾ ਤੁਸੀਂ ਕੁਲਚੇ ਛੋਲੇ ਜਿਹਾ ਤੁਸੀਂ ਤਾਂ ਹੋ ਇੰਟਰਸਟਿੰਗ ਫੈਕਟਰ ਕੀ ਆ ਮੂਵੀ ਦਾ ਕੁਲਚੇ ਛੋਲੇ ਦਾ ਕੁਲਚੇ ਛੋਲੇ ਦਾ ਇੰਟਰਸਟਿੰਗ ਫੈਕਟਰ ਬਹੁਤ ਸਾਰੀ ਚੀਜ਼ਾਂ ਮੇਰੀ ਔਰ ਦਿਲਰਾਜ ਦੀ ਡੈਬਿਊ ਫਿਲਮ ਆ ਬਹੁਤ ਹੀ ਫਰੈਸ਼ ਕਹਾਣੀਆਂ ਕੁਲਚੇ ਛੋਲੇ ਦਾ ਬਹੁਤ ਹੀ ਅਹਿਮ ਕਿਰਦਾਰ ਆ ਮੂਵੀ 'ਚ ਜੇ ਤੁਸੀਂ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਔਰ ਇੰਨੇ ਵਧੀਆ ਸੌਂਗਸ ਨੇ ਤਾਂ ਬਹੁਤ ਸਾਰੇ ਮੈਨੂੰ ਲੱਗਦਾ ਕਿ ਕਾਫੀ ਸਾਰੇ ਸਪੈਸ਼ਲ ਚੀਜ਼ਾਂ ਦਾ ਮਿਕਸਚਰ ਹੈ ਸੋ ਉਹ ਤੁਹਾਨੂੰ 11 ਨਵੰਬਰ ਨੂੰ ਹੀ ਪਤਾ ਲੱਗੂ ਜਾਣੇ ਜਾਂਦੇ ਕੀ ਕਹਿਣਾ ਚਾਹੋਗੇ ਫਿਲਮ ਬਾਰੇ ਇਹੀ ਕਹਿਣਾ ਚਾਹੂੰਗੀ ਕਿ ਬਹੁਤ ਹੀ ਮਿਹਨਤ ਕੀਤੀ ਹੈ ਸਾਰੀ ਟੀਮ ਨੇ ਤੁਸੀਂ ਜਦ ਥੀਏਟਰ 'ਚ ਦੇਖੋਗੇ ਤਾਂ ਤੁਹਾਨੂੰ ਸਿਰਫ ਸਟਾਰ ਕਾਸਟ ਹੀ ਦੇਖਣ ਨੂੰ ਮਿਲੇਗੀ ਬਟ ਉਸਦੇ ਪਿੱਛੇ ਇੰਨੀ ਵੱਡੀ ਟੀਮ ਹੁੰਦੀ ਹੈ ਜੋ ਇੰਨੇ ਮਹੀਨੋਂ ਸੇ ਇੱਕ ਸਾਲ ਹੋ ਗਿਆ ਸ਼ੂਟ ਕਰਕੇ ਔਰ ਬਹੁਤ ਲੋਕਾਂ ਦੀ ਮਿਹਨਤ ਹੈ ਤਾਂ ਪਲੀਜ਼ 11 ਨਵੰਬਰ ਨੂੰ ਸਭ ਕੇ ਨਾਲ ਜਾਓ ਔਰ ਪਲੀਜ਼ ਕੁਲਚੇ ਛੋਲੇ ਸਿਨੇਮਾ ਵਿੱਚ ਜਾ ਕੇ ਵੇਖੋ ਔਰ ਸਾਨੂੰ ਦੱਸੋ ਕਿ ਕਿਵੇਂ ਲੱਗੀ ਜੰਨਤ ਨੇ ਕਿਹਾ ਤਾਂ 11 ਨਵੰਬਰ ਨੂੰ ਜੰਨਤ ਦੀ ਗੱਲ ਮੰਨੀ ਹੈ ਫਿਲਮ ਦੇਖਣ ਜਾਣੀ ਹੈ ਕੁਲਚੇ ਛੋਲੇ ਬੜੀ ਵਧੀਆ ਫਿਲਮ ਬਣੀ ਹੈ 11 ਨਵੰਬਰ ਰਿਲੀਜ਼ ਹੋ ਰਹੀ ਹੈ ਅਤੇ ਕਾਫੀ ਇੰਟਰਸਟਿੰਗ ਜਿਹੜੀ ਹੈਗੀ ਥੀਮ ਹੈ ਫਿਲਮ ਦਾ ਕੈਮਰਾਮੈਨ ਪ੍ਰਵੀਨ ਦੇ ਨਾਲ ਸਕਾਈ ਨਿਊਜ਼ ਪੰਜਾਬ ਲਈ ਮੋਹਾਲੀ ਤੋਂ ਵਿਨੂ ਸ਼ਰਮਾ